ਅਤੇ ਰਿਹਾ ਪਹਿਲਾਂ ਸਾਡੇ ਬੰਦੇ ਜਿਹੜੇ ਨੇ ਟਾੜਾ ਜਿਹਦੇ ਟਾੜਾ ਦੇ ਕੇਸ ਸਨ ਉਹ 12 ਸਾਲ ਤੋਂ ਘੱਟ ਕੇ ਰਿਹਾਅ ਹੋਏ ਸਨ। ਜਿਹੜੇ 25-30 ਪੰਜਾਬ ਸਰਕਾਰ ਨੇ ਰਿਹਾਅ ਕੀਤੇ ਹਨ ਜਦੋਂ ਕਾਂਗਰਸ ਦੀ ਵਜ਼ਾਰਤ ਸੀ ਪਹਿਲਾਂ ਮਹਾਰਾਜਾ ਸਾਹਿਬ ਪਟਿਆਲਾ ਦੀ, ਅਤੇ ਉਹਨਾਂ ਦੇ ਵਿੱਚ ਕੁਛ ਦੇ ਉੱਤੇ ਮੈਨੂੰ ਨਾਂ ਵੀ ਯਾਦ ਨੇ ਜਿਹਦੇ ਵਿੱਚ ਪਲਵਿੰਦਰ ਸਿੰਘ ਸਤਰਾਣਾ, ਗੁਰਨਾਮ ਸਿੰਘ ਸਤਰਾਣਾ ਅਤੇ ਅੰਮ੍ਰਿਤਸਰ ਤੋਂ ਹਾਂਜੀ ਸੁਰਜੀਤ ਸਿੰਘ ਸਹਿੰਸਰਾ, ਅਮਰਜੀਤ ਸਿੰਘ ਤਰਨ ਤਾਰਨ ਤੋਂ ਇੱਧਰ ਮੋਗੇ ਵੱਲ ਦੇ ਹਨ, ਕੁਲਦੀਪ ਸਿੰਘ ਅਤੇ ਲਛਮਣ ਸਿੰਘ, ਜੋਰਾ ਸਿੰਘ, ਗੁਰਦੇਵ ਸਿੰਘ, ਤੇਜਾ ਸਿੰਘ, ਹੋਰ ਵੀ ਨੇਕਾ ਜਿਹਨਾਂ ਦਾ ਮੈਂ ਨਾਂ ਭੁੱਲ ਗਿਆ ਵਾਂ, ਜਿਹੜੇ ਪੰਜਾਬ ਸਰਕਾਰ ਨੇ ਰਿਹਾਅ ਕੀਤੇ ਸਨ ਢਾਡਾ ਵਾਲੇ। ਕਿਉਂ ਅਸੀਂ ਹੁਣ ਮੈਨੂੰ ਪਹਿਲੀ ਵਾਰ ਰਿਹਾਅ ਕੀਤਾ ਇਹਨਾਂ ਨੇ, ਬਾਕੀ ਸਾਰੇ ਜਿਹੜੇ ਸਾਡੇ ਬੰਦੇ ਨੇ ਸਜ਼ਾਵਾਂ ਕੋਈ 20 ਸਾਲ ਕੱਟੀ ਬੈਠਾ, ਕੋਈ 25 ਸਾਲ ਕੱਟੀ ਬੈਠਾ, ਆਮ ਤਾਂ 14 ਸਾਲ ਕੱਟਣੀ ਹੁੰਦੀ ਹੈ, ਇਹ ਮੈਂ ਜਿਹੜੀ 17 ਵੱਧ ਕੱਟੀ ਹੈ। ਅਤੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਹੋਇਆ, ਅਤੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਵਾਂ। ਜਿਹੜੇ ਹੋਰ ਵੀ ਬਾਹਰਲੀਆਂ ਸਟੇਟਾਂ 'ਚ ਵੀ ਜਿਨ੍ਹਾਂ ਦੇ ਕੇਸ ਨੇ ਜਿਹੜੇ ਛੁੱਟੀਆਂ ਜਾਂਦੇ ਨੇ ਜਾਂ ਹੋਰ ਵੀ ਸਾਰੇ ਜਿਹੜੇ ਬੰਦੇ ਨੇ ਸਜ਼ਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾਅ ਕਰਨ, ਅਤੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਵਾਂ। ਅਤੇ ਝੂਠੇ ਸਨ ਉਹ ਫੜ ਕੇ ਪਾਈ ਜਾਂਦੇ ਹਨ, ਅਤੇ ਸਰਕਾਰ ਉਹ ਬੇਅੰਤ ਸਿੰਘ ਦੀ, ਹਾਂ ਉਹ ਸਰਕਾਰ ਬੇਅੰਤ ਸਿੰਘ ਦੀ, ਹਾਂਜੀ। ਪਤਾ ਨਹੀਂ, ਅਤੇ ਉਦੋਂ ਵਿੱਚ 10 ਸਾਲ ਅਕਾਲੀਆਂ ਦੀ ਵਜ਼ਾਰਤ ਰਹੀ ਹੈ, ਉਹਨਾਂ ਨੂੰ ਰਿਹਾਅ ਕਰ ਦੇਣਾ ਸੀ ਜੋ ਉੱਤੇ ਸੈਂਟਰ 'ਚ ਵੀ ਉਹਨਾਂ ਦੀ ਵਜ਼ਾਰਤ ਸੀ, ਅਤੇ ਹੁਣ ਮਹਾਰਾਜਾ ਨੇ ਸਟੈਪ ਚੁੱਕਿਆ ਹੈ ਅਤੇ ਅਸੀਂ ਇਹਨਾਂ ਦਾ ਧੰਨਵਾਦੀ ਹਾਂ, ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦੇ। ਇਹ ਤਾਂ ਉਹਨਾਂ ਨੂੰ ਪਤਾ ਹੋਵੇ ਜੀ, ਇਹ ਤਾਂ ਉਹਨਾਂ ਨੂੰ ਪਤਾ, ਅਕਾਲੀਆਂ ਨੂੰ ਪਤਾ ਹੋਵੇ ਵੀ ਕਿਉਂ ਨਹੀਂ ਕੀਤੀ। ਬਟ ਲਾਲ ਸਿੰਘ 27-28 ਸਾਲ ਘੱਟ ਬੈਠਾ, ਸਾਰੇ ਇਸ ਤਰ੍ਹਾਂ ਹੀ ਕੋਈ 27 ਸਾਲ, ਕੋਈ 28 ਸਾਲ, ਕੋਈ 25 ਸਾਲ, ਇਸ ਤਰ੍ਹਾਂ ਸਜ਼ਾਵਾਂ ਸਾਰਿਆਂ ਨੇ ਕੱਟੀਆਂ ਨੇ। ਅਤੇ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮਗਰੋਂ ਪਰਿਵਾਰ ਨੂੰ ਜੋ ਹੋਰ ਵੀ ਸਿੱਖ ਰਿਲੀਫ ਵਾਲੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਜਾਂ ਵਕੀਲਾਂ ਦਾ ਵੀ, ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ, ਅਤੇ ਧੰਨਵਾਦੀ ਹਾਂ ਅਕਾਲ ਪੁਰਖ ਪਰਮੇਸ਼ਰ ਦਾ ਜਿਹਨੇ ਨਸ਼ਿਆਂ ਤੋਂ ਹੋਰ ਪਾਸੇ ਬਚਾ ਕੇ ਕੋਈ ਗਲਤੀ ਨਹੀਂ ਕੀਤੀ ਅਤੇ ਜੇਲ੍ਹ ਕੱਟੀ ਹੈ। ਇਹ ਕੇਸ ਤਾਂ ਅਸੀਂ ਇਹ ਪਹਿਲਾਂ ਚੱਲਿਆ ਸੀ ਰਿਹਾਈ ਵਾਲਾ, ਇਹ ਬਾਬਾ ਮਨਮੋਹਨ ਸਿੰਘ ਬਰਨਾਲੇ ਅਤੇ ਆਪਣਾ ਸਰਨਾ ਸਾਹਿਬ ਇਹਨਾਂ ਨੇ ਤਾਂ ਮਹਾਰਾਜ ਨੂੰ ਕਹਿ ਕੇ ਤਾਂ ਸਾਰਾ ਕਰਾਇਆ ਸੀ, ਬਾਕੀ ਬਗਰਾੜੀ ਵਾਲਿਆਂ ਦਾ ਵੀ ਬਹੁਤ ਯੋਗਦਾਨ ਹੈ, ਬਹੁਤ ਉਹਨਾਂ ਦੇ ਯੋਗਦਾਨ ਹੈ, ਉਹਨਾਂ ਉੱਥੇ ਤਪੱਸਿਆ ਕੀਤੀ ਹੈ ਅਤੇ ਇਸ ਰਿਹਾਈ ਦੇ ਵਿੱਚ। ਅਤੇ ਬਾਕੀ ਜਿਹੜੇ ਸਿੱਖ ਰਿਲੀਫ ਵਾਲੇ ਨੇ ਇਹਨਾਂ ਨੇ ਜਿਹੜੇ ਸਹਿਯੋਗ ਦਿੱਤਾ ਵਕੀਲਾਂ ਵੱਲੋਂ ਹੋਰ ਪਰਿਵਾਰ ਵੱਲੋਂ, ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦੀ ਜਿਹੜੀ ਰਿਹਾਈ ਹੈ ਜੀ, ਇਹ ਜਿਹੜਾ ਔਰਡਰ ਸੀਗਾ ਇਹਨਾਂ ਦਾ ਨਕਸ਼ਾ ਤੋਰਿਆ ਹੋਇਆ ਸੀ ਦਿਲਬਾਗ ਸਿੰਘ ਜੀ ਦਾ ਜੇਲ੍ਹ ਵੱਲੋਂ, ਅਤੇ ਸੁਪਰਡੈਂਟ ਵੱਲੋਂ ਸਪੈਸ਼ਲ ਸਿਫਾਰਸ਼ ਕੀਤੀ ਗਈ ਸੀ ਕਿ ਇਹਨਾਂ ਦਾ ਚਾਲ ਚਲਨ ਬਿਲਕੁਲ ਠੀਕ ਹੈ, ਇਸ ਕਰਕੇ ਪੰਜਾਬ ਗੌਰਮੈਂਟ ਨੂੰ ਜਿਹੜਾ ਨਕਸ਼ਾ ਤੋਰਿਆ, ਅਤੇ ਪੰਜਾਬ ਗੌਰਮੈਂਟ ਨੇ ਉਹ ਨਕਸ਼ਾ ਪਾਸ ਕਰਤਾ ਕਿ ਇਹਨਾਂ ਦੀ ਰਿਹਾਈ ਹੈ ਜਿਹੜੀ ਉਹ ਸੰਭਵ ਹੈ, ਅਤੇ ਰਿਹਾਈ ਇਹਨਾਂ ਦੀ ਕਰ ਦਿੱਤੀ ਸੀ। ਫਿਰ ਉਸ ਤੋਂ ਬਾਅਦ ਸਿਰਫ DC ਆਫਿਸ 'ਤੇ ਇਹਨਾਂ ਦੀ ਪਾਤੜਾਂ ਜਿਹੜੀਆਂ ਸੀ, ਜ਼ਮਾਨਤਾਂ ਜਮ੍ਹਾਂ ਕਰਵਾਉਣੀਆਂ ਸੀ, ਉਹਨਾਂ ਨੂੰ ਸਾਨੂੰ 2 ਦਿਨ ਲੱਗ ਗਏ ਪ੍ਰੋਸੈਸ ਨੂੰ, ਅਤੇ ਉਹ ਸਾਰਾ ਕੁਝ ਕਰਵਾ ਕੇ ਅੱਜ DC ਆਫਿਸ 'ਤੇ ਇਹਨਾਂ ਦੇ ਫਾਈਨਲ ਆਰਡਰ ਜਿਹੜੇ ਸੀਗੇ ਰਿਹਾਈ ਦੇ ਲੈ ਕੇ, ਇਹ ਫਿਰ ਮੈਂ ਅੱਜ ਆ ਗਿਆ ਸੀਗਾ। ਅਤੇ ਇਹ ਜਿਹੜਾ ਸਾਰਾ ਕੁਝ ਸੀ ਅਸੀਂ ਸਿੱਖ ਰਿਲੀਫ ਵੱਲੋਂ ਇਹ ਕਰ ਰਹੇ ਹਾਂ, ਜਿਹੜੀ ਸਿੱਖ ਰਿਲੀਫ ਹੈ UK ਦੀ ਸੰਸਥਾ ਭਾਈ ਬਲਵੀਰ ਸਿੰਘ ਬੈਂਸ ਜਿਹੜੇ ਚਲਾ ਰਹੇ ਨੇ, ਅਤੇ ਅਸੀਂ ਹੋਰ ਵੀ ਜਿਹੜੇ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਨੇ ਉਹਨਾਂ ਦਾ ਇੱਦਾਂ ਹੀ ਮਤਲਬ ਉਹਨਾਂ ਨੂੰ ਵਕੀਲਾਂ ਦਾ ਜਿਹੜਾ ਅਸੀਂ ਸੁਵਿਧਾ ਦਿੰਦੇ ਹਾਂ, ਅਤੇ ਉਹਨਾਂ ਦੀ ਜਿੰਨਾ ਵੀ ਮਤਲਬ ਲੀਗਲ ਜੋ ਵੀ ਉਹਨਾਂ ਨੂੰ ਸਰਵਿਸ ਚਾਹੀਦੀ ਹੁੰਦੀ ਆ ਉਹ ਸਿੱਖ ਰਿਲੀਫ ਵੱਲੋਂ ਅਸੀਂ ਦਿੰਦੇ ਹਾਂ। ਇਸੇ ਤਰ੍ਹਾਂ ਗੁਰਦੀਪ ਸਿੰਘ ਖੇੜਾ ਹੈ, ਉਹਨਾਂ ਦੀ ਰਿਹਾਈ ਵਾਸਤੇ ਵੀ ਅਸੀਂ ਹੁਣ ਕਰਨਾਟਕਾ ਕੇਸ ਲਾਉਣਾ। ਜਿਹੜੇ ਲਾਲ ਸਿੰਘ ਨੇ, ਭਾਈ ਲਾਲ ਸਿੰਘ, ਉਹਨਾਂ ਦਾ ਹਾਈਕੋਰਟ ਕੇਸ ਪਾਇਆ ਹੋਇਆ ਪੱਕੀ ਰਿਹਾਈ ਵਾਸਤੇ,
ਇਸੇ ਤਰ੍ਹਾਂ ਇੱਕ ਕੇਸ ਹੋਰ ਹੈ ਨੰਦ ਸਿੰਘ, ਉਹਨਾਂ ਨੂੰ ਵੀ ਮਤਲਬ ਉਮਰ ਕੈਦ ਹੋਈ ਵੀ ਉਹ ਚੰਡੀਗੜ੍ਹ ਜੇਲ੍ਹ 'ਚ ਨੇ। ਇੱਕ ਸੁਵੇਕ ਸਿੰਘ ਨੇ, ਉਹਨਾਂ ਦਾ ਵੀ ਯੂਟੀ ਦਾ ਕੇਸ ਹੈ। ਇੱਦਾਂ ਗੁਰਮੀਤ ਸਿੰਘ ਹੈ, ਸ਼ਮਸ਼ੇਰ ਸਿੰਘ ਹੈ, ਲਖਵਿੰਦਰ ਸਿੰਘ ਹੈ, ਇਹਨਾਂ ਨੂੰ ਤਕਰੀਬਨ 28-28 ਸਾਲ ਹੋ ਗਏ ਨੇ ਅੰਦਰ, ਅਤੇ ਇਹ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਇਹ ਨਜ਼ਰਬੰਦ ਨੇ। ਅਤੇ ਇਸ ਤਰ੍ਹਾਂ ਇਹ ਲਿਸਟ ਬਹੁਤ ਲੰਬੀ ਹੈ। ਅਤੇ ਜਿਹੜਾ ਦਿਲਬਾਗ ਸਿੰਘ ਦੀ ਰਿਹਾਈ ਹੋਈ ਹੈ, ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਗੌਰਮੈਂਟ ਦਾ। ਅਤੇ ਇਸੇ ਤਰ੍ਹਾਂ ਉਹ ਬਾਕੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀਆਂ ਰਿਹਾਈਆਂ ਵਿੱਚ ਵੀ ਉਹ ਸਹਿਯੋਗ ਦੇਣ ਸੈਂਟਰ ਗੌਰਮੈਂਟ